दैनिक सवेरा, अंधेरे से उजाले की ओर। लुधियाना पुलिस को लूट की सूचना देकर गुमराह करने वाले व्यक्ति व पैसे दुगने करने का लालच देकर 10 लाख रुपए ऐंठने वाले व्यक्तियों को पुलिस ने काबू करने में सफलता हासिल की है। इस संबंधी जानकारी देते हुए एडीसीपी 3 परमजीत सिंह पन्नू ने बताया कि शिकायतकर्ता सुनील कुमार ने 20 नवंबर को धांधरा रोड पर नकदी लूटे जाने की शिकायत पुलिस को दी थी। इस मामले में पुलिस द्वारा जांच करने पर सामने आया कि सुनील कुमार को 4 लोगों ने पैसे दुगने करने का लालच देकर उससे पैसे ऐंठ लिए थे। देर शाम सुनील कुमार द्वारा लूट होने की गलत सूचना पुलिस को दे दी गई। फिलहाल पुलिस द्वारा शिकायतकर्ता के खिलाफ पुलिस को गलत सूचना देने का मामला दर्ज कर अन्य आरोपियों पर भी मामला दर्ज करते हुए पूछताछ शुरू कर दी गई है। ये जड़े गुरविंदर सिंह वगैरह ने उन्हां दे कोले जड़ा कंप्लेनेंट इस केस दा सुनील कुमार इस झांसे दे विच आया सी कि पैसे दुगने इहदे होणगे। एक पीपा जड़ा सीगा उहदे विच उहदे जड़े 10 लाख रुपए लैके आया सीगा उह रख ले ਤੇ ਉਸ ਤੋਂ ਬਾਅਦ ਕਹਿਣ ਲੱਗੇ ਕਿ ਇਹ ਅਸੀਂ ਇੱਥੇ ਹੁਣ ਕੋਈ ਧਾਰਮਿਕ ਰਸਮਾਂ ਕਰਨੀਆਂ ਨੇ, ਹਵਨ ਕਰਨਾ, ਲੱਕੜਾਂ ਲੈ ਕੇ ਕੋਈ ਬਾਲ ਕੇ ਕੋਈ ਮੰਤਰ ਵਗੈਰਾ ਪੜ੍ਹਨ ਲੱਗ ਪਏ। ਉਸ ਤੋਂ ਬਾਅਦ ਜਿਹਦਾ ਕੰਪਲੇਨੈਂਟ ਆ ਸੁਨੀਲ ਕੁਮਾਰ ਇਹ ਵੀ ਉੱਥੇ ਸੀ, ਇਸ ਨੂੰ ਕਿਹਾ ਤੂੰ ਬਾਹਰੋਂ ਜਾ ਕੇ ਇੱਟਾਂ ਲੈ ਕੇ ਆ, ਕਿਸੇ ਨੂੰ ਕਿਸੇ ਕੰਮ ਭੇਜ ਦਿੱਤਾ, ਕਿਸੇ ਨੂੰ ਕਿਸੇ ਕੰਮ ਭੇਜ ਦਿੱਤਾ। ਇਸੇ ਵੇਲੇ ਇਹਨਾਂ ਨੇ ਚਲਾਕੀ ਦੇ ਨਾਲ ਉਹ ਪੈਸੇ ਕੱਢ ਕੇ ਉਹਦੇ ਵਿੱਚ ਇੱਕ ਸਵਾਹ ਦਾ ਭਰਿਆ ਹੋਇਆ ਥੈਲਾ ਰੱਖ ਦਿੱਤਾ ਅਤੇ ਕੰਪਲੇਨੈਂਟ ਨੂੰ ਇਹ ਵੀ ਕਿਹਾ ਕਿ ਮਤਲਬ ਇਸ ਵੇਲੇ ਕੋਈ ਗ੍ਰਹਿ ਦਾ ਚੱਕਰ ਹੈਗਾ, ਤੂੰ 15-20 ਮਿੰਟ ਪੀਪਾ ਨਹੀਂ ਖੋਲ੍ਹਣਾ, ਆਪ ਉੱਥੋਂ ਫਰਾਰ ਹੋ ਗਏ। ਜਦੋਂ ਕੰਪਲੇਨੈਂਟ ਨੇ ਪੀਪਾ ਖੋਲ੍ਹਿਆ ਅਤੇ ਉਹਦੇ ਵਿੱਚ ਸਵਾਹ ਨਿਕਲੀ। ਕੰਪਲੇਨੈਂਟ ਨੇ ਇਹ ਇਸ ਤਰ੍ਹਾਂ ਜੋ ਉਹਦੇ ਨਾਲ ਹੋਇਆ ਸੀਗਾ ਇਹ ਸਹੀ ਸੂਚਨਾ ਪੁਲਿਸ ਨੂੰ ਦੇਣ ਦੀ ਜਗ੍ਹਾ ਦੇ ਜਗ੍ਹਾ ਉਸਨੇ ਆ ਜਿਹੜਾ ਖੋਹ ਦਾ ਡਰਾਮਾ ਬਣਾ ਲਿਆ। ਇਹਦਾ ਮਤਲਬ ਇਹ ਸੀਗਾ ਕਿ ਜਦੋਂ ਇਹ ਪਰਚੇ ਬਾਰੇ ਇਹਨਾਂ ਨੂੰ ਪਤਾ ਲੱਗੂਗਾ ਅਤੇ ਉਹ ਆਪੇ ਹੀ ਇਹਨੂੰ ਅਪਰੋਚ ਕਰਨਗੇ ਅਤੇ ਇਹਦੀ ਬਲੈਕਮੇਲਿੰਗ ਦੇ ਵਿੱਚ ਉਹ ਮੇਰੇ ਸ਼ਾਇਦ ਪੈਸੇ ਵਾਪਸ ਕਰ ਦੇਣ। ਇਹਦੇ ਵਿੱਚ ਜਿਹੜਾ ਇਹਨੇ ਸੁਨੀਲ ਕੁਮਾਰ ਨੇ ਮੁਕੱਦਮਾ ਦਰਜ ਕੀਤਾ ਸੀਗਾ, ਕਰਾਇਆ ਸੀਗਾ, ਉਹ ਅਸੀਂ ਕੈਂਸਲ ਕਰ ਰਹੇ ਹਾਂ। ਔਰ ਜੋ ਦੋਸ਼ੀਆਂ ਨੇ ਜਿਸ ਤਰੀਕੇ ਦਾ ਅਫੈਂਸ ਕੀਤਾ ਸੀਗਾ ਇਹਦੇ ਮੁਤਾਬਕ ਇਹਨਾਂ ਦੇ ਖਿਲਾਫ਼ ਨਵਾਂ ਮੁਕੱਦਮਾ ਦਰਜ ਕੀਤਾ ਗਿਆ। ਔਰ ਕੰਪਲੇਨੈਂਟ ਦੇ ਖਿਲਾਫ਼ ਵੀ ਜਿਹਨੇ ਪੁਲਿਸ ਨੂੰ ਗੁੰਮਰਾਹ ਕੀਤਾ ਅਲੱਗ ਤੋਂ ਅਸੀਂ 420-182 ਦੇ ਤਹਿਤ ਅਲੱਗ ਤੋਂ ਮੁਕੱਦਮਾ ਦਰਜ ਕੀਤਾ। ਇਹਦੇ ਵਿੱਚ ਚਾਰੇ ਅਕਿਊਜ਼ ਜਿਹੜੇ ਨੇ ਅੱਜ SHO ਸਦਰ ਅਤੇ ਇਹਨਾਂ ਦੀ ਟੀਮ ਨੇ ਉਹਨਾਂ ਨੂੰ ਅਰੈਸਟ ਕਰ ਲਿਆ।